ਹਾਂਜੀ ਚੋਪਰੋ ਹਾਂਜੀ ਬਾਈ ਵੈਲਕਮ ਗਾਇਸ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਸਲਾਮ ਵਾਲੇਕਮ ਬਾਈ ਕੀ ਹਾਲ ਚਾਲ ਆ ਹੋਪ ਤੁਸੀਂ ਸਾਰੇ ਘੈਂਟ ਹੀ ਹੋਵੋਗੇ ਮੁੰਡਿਓ ਤੇ ਆਪਣਾ ਤੁਸੀਂ ਸੋਚਦੇ ਹੋਵੋਗੇ ਬਾਈ ਆ ਮਹਿੰਦਰਾ ਕਿੰਨਾ ਦਾ ਖੜਾ ਇਹ ਬਾਈ ਆਪਣੇ ਗੁਆਂਢੀਆਂ ਦਾ ਹੀ ਆ ਟੈਨਸ਼ਨ ਨਹੀਂ ਲੈਣੀ ਪਰ ਇਹਨੂੰ ਮੈਂ ਬਾਈ ਹਜੇ ਹੁਣੇ ਇਹਦੇ ਪਿੱਛੇ ਹਾਲ 'ਚ ਪਾ ਕੇ ਨਾ ਮਤਲਬ ਕੰਮ ਜਿਹਾ ਕਰਨ ਲੱਗਿਆ ਹੀ ਸੀ ਕਿਉਂਕਿ ਆਪਾਂ ਨੂੰ ਬਾਈ ਹਫ਼ਤੇ ਤੋਂ ਉੱਪਰ ਹੀ ਹੋ ਗਿਆ ਆਪਣਾ ਆਹੀ ਕਿੱਲਾ ਨਹੀਂ ਲੋਟ ਆਉਂਦਾ ਯਾਰ ਪਿਛਲੇ ਹਫ਼ਤੇ ਆਪਾਂ ਤੁਹਾਨੂੰ ਪਤਾ ਹੀ ਆ ਆਪਣਾ ਜਿਹੜਾ ਸਵਰਾਜ ਸੀਗਾ ਆਪਾਂ ਮੰਗਾਇਆ ਸੀ ਧਾਲੀਵਾਲ ਤੋਂ ਉਹਦੇ ਵੇਟ ਮਨੀ ਪਾਏ ਹਨਾ ਅੱਗੇ ਤੇ ਉਹ ਅੱਡਾ ਚਕਾ ਚਕੂ ਗਿਆ ਤੇ ਉਧਰ ਆਲੂ ਆਪਣੇ ਇਦਾਂ ਹੀ ਰੋਲਦੇ ਰਹੇ ਤੇ ਅੱਜ ਮੈਂ ਮਹਿੰਦਰਾ ਫੜ ਲੈਂਦਾ ਕਿਉਂਕਿ ਉਹ ਟਰੈਕਟਰ ਮੈਂ ਵਾਪਸ ਭੇਜਤਾ ਬਾਈ ਨੂੰ ਤੇ ਬਾਈ ਨੇ ਇੱਕ ਮੈਨੂੰ ਹੋਰ ਟਰੈਕਟਰ ਭੇਜਿਆ ਉਹ ਪਰਲੇ ਪਾਸੇ ਖੜਾ ਉਹ ਮੈਂ ਤੁਹਾਨੂੰ ਬਾਅਦ ਚੋਂ ਦਿਖਾਉਣਾਗਾ ਪਰ ਉਸ ਤੋਂ ਪਹਿਲਾਂ ਬਾਈ ਮੈਂ ਸੋਚਦਾ ਆ ਜਿਹੜਾ ਮਹਿੰਦਰਾ ਆਪਣਾ ਟੇਢਾ ਜਿਹਾ ਹੋਇਆ ਪਿਆ ਤੇ ਇਹਦੇ ਪਿੱਛੇ ਜਿਹੜੇ ਆ ਇੰਨੇ ਹਾਲ ਆ ਇਹ ਪਾ ਕੇ ਮਤਲਬ ਮਾੜਾ ਆਪਾਂ ਇੱਥੇ ਦੀ ਪਾਵਰ ਪੂਵਰ ਚੈੱਕ ਕਰੀਏ ਕਿਉਂਕਿ ਇਹ ਆਪਣੇ ਗੁਆਂਢੀਆਂ ਦਾ ਟਰੈਕਟਰ ਆ ਬਾਈ ਇਹ ਸਸਤਾ ਜਿਹਾ ਵਿਚਾਰਾ ਕੋਈ ਮੋਡੀਫਿਕੇਸ਼ਨ ਨਹੀਂ ਵਧੀਆ ਟਰੈਕਟਰ ਆ ਯਾਰ ਸੋ ਮੈਂ ਦਿਲ ਕਰਦਾ ਮੇਰਾ ਕੀ ਹਨਾ ਤੁਹਾਨੂੰ ਵੀ ਚਲਾ ਕੇ ਦਿਖਾਇਆ ਜਾਵੇ ਮਹਿੰਦਰਾ ਬਾਕੀ ਮਹਿੰਦਰਾ ਦੇ ਫੈਨ ਮੁੰਡਿਓ ਇੱਕ ਵਾਰੀ ਪਤਾ ਲੱਗ ਜੇ ਕਿ ਹੈਗੇ ਆ ਬਾਈ ਮਹਿੰਦਰਾ ਦੇ ਫੈਨ ਵੀ ਪਰ ਦੇਖਦੇ ਹਾਂ ਆਪਾਂ ਓਏ ਹੋਏ ਮਹਿੰਦਰਾ ਦੀ ਆਵਾਜ਼ ਚੈੱਕ ਕਰੋ ਮੇਰੇ ਵੀਰੋ ਤੇ ਇੱਥੋਂ ਕਿਹੜਾ ਕੱਢ ਲਿਆ ਮੈਨੂੰ ਲੱਗਦਾ ਪਹਿਲਾਂ ਹੀ ਖੁੱਬਿਆ ਪਿਆ ਸੀ ਮਾਮਾ ਹੀਰ ਦਾ ਪਰ ਟਰੈਕਟਰ ਘੈਂਟ ਆ ਬਾਈ ਇਹ ਮੰਨੋ ਨਾ ਮੰਨੋ ਮੇਰੇ ਵੀਰੋ ਟਰੈਕਟਰ ਕਹਿੰਦੇ ਮਾਸ਼ਾ ਅੱਲਾ ਕਿਹੜਾ ਆਪਾਂ ਪਿੱਛੇ ਦੇ ਹਲ ਜੇ ਪਾ ਕੇ ਨਾ ਬਾਈ ਫਿਰ ਆਪਾਂ ਨਾ ਆ ਮਾੜੇ ਕੀ ਕਹਿੰਦੇ ਹੁੰਦੇ ਆ ਮਾਰ ਕੇ ਦੇਖਦੇ ਹਾਂ ਤੇ ਫਿਰ ਤੁਹਾਨੂੰ ਇੱਕ ਟਰੈਕਟਰ ਦਿਖਾਉਣਾ ਜੋ ਕਿ ਧਾਲੀਵਾਲ ਬਾਈ ਨੇ ਉਹਨਾਂ ਟਾਈਮ ਮੈਨੂੰ ਭੇਜਿਆ ਕਿ ਜਿੰਨਾ ਟਾਈਮ ਆਪਣਾ 855 ਫੁੱਲੀ ਮੋਡੀਫਾਈ ਹੋਣਾ ਦਿੱਤਾ ਕਿ ਨਹੀਂ ਉਹਨਾਂ ਟਾਈਮ ਮੈਂ ਤੁਹਾਨੂੰ ਆ ਟਰੈਕਟਰ ਨਾਲ ਨਾ ਓਏ ਇਹ ਪਰ ਖੋਬਦਾ ਏ ਮਹਿੰਦਰਿਆ ਬੇਇੱਜ਼ਤੀ ਨਹੀਂ ਕਰਾਉਣੀ ਮੇਰਾ ਭਰਾ ਬੇਇੱਜ਼ਤੀ ਨਹੀਂ ਕਰਾਉਣੀ ਰੋਜੋ ਬਾਈ ਮਹਿੰਦਰਾ 'ਚ ਪਾਵਰ ਚੈੱਕ ਕਰਦੇ ਹਾਂ ਕਿੰਨੀ ਕੁ ਪਾਵਰ ਆ ਕਿਉਂਕਿ ਬਾਅਦ 'ਚੋਂ ਫਿਰ ਆਪਾਂ ਕਿੱਲੇ 'ਚ ਕੁਛ ਬੀਜਣਾ ਬਾਈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਆਪਾਂ ਇਹ ਕਿੱਲੇ 'ਚ ਕੀ ਬੀਜੀਏ ਓਕੇ ਸੋ ਮਹਿੰਦਰੇ ਦੇ ਮਤਲਬ ਹਾਲ ਆਪਾਂ ਥੱਲੇ ਲਾ ਲਏ ਆ ਬਾਈ ਤੇ ਮਹਿੰਦਰਾ ਚੈੱਕ ਕਰਦੇ ਆ ਖਿੱਚਦਾ ਕਿ ਨਹੀਂ ਓਏ ਹੋਏ 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 ਮੈਨੂੰ ਲੱਗਿਆ ਦੱਬ ਜਾਣਾ ਸੀ ਬਾਈ ਮੈਨੂੰ ਸੱਚੀ ਲੱਗਿਆ ਦੱਬ ਜਾਣਾ ਸੀ ਪਰ ਕਹਿੰਦੇ ਕਿੱਥੇ ਦੱਬਦਾ ਕਿੱਥੇ ਦੱਬਦਾ ਝੋਟਾ ਥੋਡੀ ਨੂੰ ਓਏ ਪਰ ਦੱਬਦਾ ਓਏ ਅਰੇ ਬਾਈ ਬਾਈ ਦੱਬ ਗਿਆ ਹਾਲ ਥੋੜ੍ਹੇ ਜਿਹੇ ਤਾਂ ਉਹਨੂੰ ਚੱਕ ਲਈਏ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਆਪਣਾ ਟਰੈਕਟਰ ਖੁੱਬ ਜਾਵੇ ਰੋਜੋ ਪਰਲੇ ਪਾਸੇ ਨੂੰ ਇੱਧਰ ਨੂੰ ਲਿਆਉਂਦੇ ਹਾਂ ਕਿਉਂਕਿ ਬਾਈ ਇੱਧਰ ਨੂੰ ਢਲਾਣ ਜੀ ਆ ਕਿਉਂਕਿ ਮੈਨੂੰ ਲੱਗਦਾ ਕਿ ਇਹਨੇ ਵਿਚਾਰੇ ਨੇ ਖੁੱਬ ਜਾਣਾ ਕਿਉਂਕਿ ਪਹਿਲਾਂ ਹੀ ਇਹ ਤਾਂ ਉੱਥੇ ਖੁੱਬਿਆ ਖੜਾ ਸੀ ਸੋ ਧਿਆਨ ਨਾਲ ਹਨਾ ਰੋਜੋ ਇੱਥੇ ਕਰਕੇ ਦੇਖਦੇ ਹਾਂ ਚੱਲ 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 ਬੱਲੇ ਬਾਈ ਡੈੱਕ ਦੇਖਿਓ ਕਿੰਨੇ ਸੋਹਣੇ ਲਾਏ ਬਾਈ ਟਰੈਕਟਰ 'ਤੇ ਛਤਰੀ ਚੈੱਕ ਕਰੋ ਟਰੈਕਟਰ ਦੀ ਘੈਂਟ ਆ ਨਾ ਗੱਲਬਾਤ ਬੱਲੇ ਯਾਰ ਮਹਿੰਦਰਾ ਵੀ ਅੱਤ ਕਰਾਈ ਜਾਂਦਾ ਮੇਰੇ ਵੀਰੋ ਬੱਲੇ 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 ਖੁੱਬਦਾ ਆਵਾਜ਼ ਚੈੱਕ ਕਰੋ ਬਾਈ ਇੱਦਾਂ ਦੇਖਣ ਦਾ ਨਜ਼ਾਰਾ ਕਿਉਂਕਿ ਜਦੋਂ ਅਗਲਾ ਟਾਇਰ ਇੱਦਾਂ ਇੱਦਾਂ ਹੁੰਦਾ ਨਾ ਫਿਰ ਸਵਾਦ ਆਉਂਦਾ ਬਾਈ ਜੇ ਤੁਹਾਨੂੰ ਦਿਖਦਾ ਹੈਗਾ ਟਾਇਰ ਉਦੋਂ ਇੱਥੋਂ ਆਪਾਂ ਇੱਧਰ ਨੂੰ ਮੋੜਦਾ ਹੈਗਾ ਫਿਰ ਪਤਾ ਲੱਗੂ ਮੋੜ ਕੇ ਕਿੱਦਾਂ ਚੱਲਦਾ ਪਰ ਦੱਬਦਾ ਪਿਆ ਥੋੜ੍ਹਾ ਥੋੜ੍ਹਾ ਚੱਲ 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 ਲੈ ਜਾ ਉੱਥੋਂ ਤੱਕ ਹੀ ਲੈ ਜਾ ਚੁੱਪ ਨਹੀਂ ਰੀਸਾ ਲੈ ਜਾ ਉਹ ਬੱਲੇ ਤੇਰੇ ਨਹੀਂ ਰੀਸਾਂ ਬਾਈ ਨਹੀਂ ਰੀਸਾਂ ਟਰੈਕਟਰ ਦੀਆਂ ਜੀ ਜੀ ਮਹਿੰਦਰਾ ਉਹ ਪੀਣ ਦਾ ਚੈਟ ਗਾਈਸ ਤੇ ਮਹਿੰਦਰਾ ਦੇ ਜਿੰਨੇ ਵੀ ਫੈਨ ਆ ਚੁੱਪਰੋ ਇੱਕ ਵਾਰੀ ਲਾਈਕ ਕਰ ਦਿਓ ਆਪਣੇ ਗੁਆਂਢੀਆਂ ਦਾ ਮਹਿੰਦਰਾ ਗਿਆ ਚੈੱਕ ਕਰੋ ਤੁਸੀਂ ਘੈਂਟ ਆ ਨਾ ਗੱਲਬਾਤ ਬਾਈ ਨੇ ਪੂਰਾ ਮੋਡੀਫਾਈ ਵੀ ਨਹੀਂ ਕੀਤਾ ਪਰ ਵਧੀਆ ਗੱਲਬਾਤ ਆ ਯਾਰ ਇੱਥੇ ਫਿਰ ਆਪਾਂ ਆਪਣੇ ਰਾਮੂ ਭਈਏ ਨੂੰ ਲਾ ਦਿੰਦੇ ਹਾਂ ਕਿਉਂਕਿ ਥੋੜ੍ਹਾ ਜਿਹਾ ਰਹਿੰਦਾ ਬਾਈ ਹਲ ਮਾਰਨਾ ਅਤੇ ਉਹ ਮਾਰੀ ਜਾਊਗਾ ਅਤੇ ਫਿਰ ਆਪਾਂ ਨਾ ਉੱਧਰ ਤੁਹਾਨੂੰ ਮੈਂ ਟਰੈਕਟਰ ਦਿਖਾ ਕੇ ਲੈ ਕੇ ਆਉਂਦਾ ਅਤੇ ਆਪਣਾ ਕਾਲੂ ਭਈਆ ਬਹਿ ਗਿਆ ਅਤੇ ਮੈਂ ਜਿਹੜਾ ਧਾਲੀਵਾਲ ਨੇ ਮੈਨੂੰ ਬਾਈ ਟਰੈਕਟਰ ਸੈਂਡ ਕੀਤਾ ਅੱਜ ਕਿਉਂਕਿ ਆਪਣੇ ਕੋਲ ਟਰਾਲੀ ਤੁਹਾਨੂੰ ਪਤਾ ਹੀ ਆ ਟਰਾਲੀ ਵੀ ਪਲਟ ਗਈ ਸੀ ਟਰੈਕਟਰ ਵੀ ਪਲਟ ਗਿਆ ਸੀ ਆਪਣਾ 855 ਜੇ ਨਹੀਂ ਯਾਦ ਤਾਂ ਪਿਛਲਾ ਐਪੀਸੋਡ ਦੇਖ ਲਓ ਤੁਹਾਨੂੰ ਪਤਾ ਲੱਗ ਜੂ ਕੀ ਹੋਇਆ ਸੀ ਕੀ ਨਹੀਂ ਕਿਉਂਕਿ ਆਲੂ ਵਾਲੀ ਮਸ਼ੀਨ ਤਾਂ ਆਪਣੀ ਉਹ ਖੜੀ ਅਤੇ ਬਾਈ ਨੇ ਆਹ ਦੇਖੋ ਕੀ ਭੇਜਿਆ ਆਪਣੇ ਨਵਾਂ ਟਰਾਲਾ ਅਤੇ ਟਰੈਕਟਰ ਦੇਖਿਓ ਅੱਗੇ ਕਿਹੜਾ ਟਰੈਕਟਰ ਆ ਬਾਈ ਮੈਂ ਤਾਂ ਦੇਖਿਆ ਗਾ ਮੈਂ ਕਿਹਾ ਤੁਸੀਂ ਦੇਖਦੇ ਰਹਿ ਜਾਓਗੇ ਬਾਈ ਨਿਊ ਹਲੈਂਡ ਸਿੱਧੂ ਮੂਸੇ ਵਾਲੇ ਬਾਈ ਦਾ ਇਹ ਧਾਕੜ ਝੋਟਾ ਬਾਈ ਚੈੱਕ ਕਰੋ ਯਾਰ ਚੈੱਕ ਕਰੋ ਮੇਰੇ ਵੀਰੋ ਅਤੇ ਸਿੱਧੂ ਬਾਈ ਦੀ ਫੋਟੋ ਵੀ ਉਹ ਦੇਖੋ ਕਿੱਥੇ ਲਾਈ ਆ ਬਾਈ ਨੇ ਨਹੀਂ ਰੀਸਾਂ ਮੈਂ ਕਿਹਾ ਟਰੈਕਟਰ ਚੈੱਕ ਕਰੋ ਯਾਰ ਘੈਂਟ ਆ ਨਾ ਚਲਾ ਕੇ ਦਿਖਾਉਂਦੇ ਹਾਂ ਤੁਹਾਨੂੰ ਅਤੇ ਜਿਹੜਾ ਝੋਟੇ ਜਿੱਡਾ ਬਾਈ ਇਹਦੇ ਪਿੱਛੇ ਟਰਾਲਾ ਪਾਇਆ ਉਹ ਵੀ ਨੀਲੇ ਰੰਗ ਦਾ ਕੀ ਗੱਲਾਂ ਯਾਰ ਕੀ ਕਵਾਂ ਮੈਂ ਬਾਈ ਤੁਹਾਨੂੰ ਚੈੱਕ ਕਰੋ ਤੁਸੀਂ
चेक करो भाई ट्रैक्टर मैं जरूर दस्यो भाई कि लगे थानू अपना धाकड़ बी सिरा गल बात है ना भाई देखो यार मैं क्या यार ट्रैक्टर देख देख के मेरा तो दिल खुश हो जाता क्योंकि भाई सिद्धू मूसे वाले बाई को जरा ट्रैक्टर हों ना अपना न्यूजीलैंड बी धाकड़ वो मूहे लिखा हों ना जो नवा लिया बी ने सो पूरी डिटो कॉपी यार स्पैशल एडिशन बी 3630 न्यूजीलैंड माशाला यार तो हूँ मैं भाई वो जी खड़ी है ना अपनी की कहें होंगे आलू वाली मशीन एक ट्राले च भरा गया जिन्हें भी आलू आए हूँ क्योंकि एक ट्राली तो आप रोड़ती सी रोड़ती मतलब डोलती सी पलट गई सी है ना आलू डोल गए से अपने पूरे आलू खराब हो गए से उही बई इदा कह दें तो आ ट्रैक्टर के पिछे जो ट्राला पाया बई ये हूँ ट्राले च आप जिन्हें भी आलू अपने मिलने गए इतों तो भराने बाकी आप अद्धे आलू तो खराब करते हैं बई ट्राले इतने ला दें ओके मैनू मशीन चलानी पैनी है थोड़ी जी तो बाकी मुंडियो जहाँ ट्रैक्टर झोटा अपना वधिया लग्या मेरे भरा लाइक तो कमेंट करके जरूर दस्यो यार वेरी नाइस ट्रैक्टर मैनू बहुत वधिया लग्या यार ओ मशीन च बहना कालूआ की करी जाना तेरे भी बई भूरिया मुछा तेरिया मैं क्या की कहां तेनू लो लो भी मुंडियो पहला आप आलू पूरे भर लें अपने ट्राले में मैनू नहीं लगता कि अपना ट्राला फुल हो जूगा पर आलू भी वैसे काफ़ी पे सी मशीन में पर आप देखते हैं पावर अपने न्यूजीलैंड झोटे च किन्नी आ बई सिरा गलबात है बई तो मुड़ो तुम मैं एक कमेंट करके दस्यो आप न्यूजीलैंड 3630 रख लीए फिर ज स्वराज 855 जोड़ा आप भेजे गा अपने धालीवाल बई को है ना ट्रैक्टर बई सो उन्होंने कह दें फिर तू बई उ रख ला तो सानू आ ट्रैक्टर दे दे है ना घंटा भी ट्रैक्टर तो दोवें रखिए यार सो मैं उन्होंने टाइम थोड़े जे बई वढ़ ला की कहें होंगे यार थोड़े जे आलू जोड़े अपने पे आ ये मैं कर दिना क्लीयर तो तुम मैं उन्होंने टाइम ये कमेंट करके जरूर दस्यो बई तो बाद आप ट्राला चला के देखना बई की हिसाब किताब वा क्योंकि ट्राला तुहानू पता जे अपना न्यूजीलैंड 3630 ट्रैक्टर वो ट्राले नू जे खिंच लिया फिर तो हो जूगा बाबे सिरा नहीं तो फिर आप देखते हैं अगे वो वेट वूट पा के लियावे तो रही गल बई पिछले एपीसोड वाला जो अपना ट्रैक्टर सी 855 धालीवाल बई कहता वो पूरे तू वेट नहीं पाए थे करके हल्का सी करके अड्डा मतलब वह चक्या गया से है ना बई मतलब करके बैलेंस बिगड़ गया से वैसे गल तो सही से आप वेट नहीं पाए से उदा ही लिया सो मैं वैसे भेजता यार बई न वापस मैं क्या बई वधिया जाए इनू ना स्टेयरिंग स्टूरिंग चंगी तरह स्टील का वधिया मोडीफाई करके वो भेज यार फिर ही गल बनूगी बापे तो हूँ मैं थोड़ा जहा एक गेड़ा होर ला ला तो बाद चु भरते हैं ट्राले क्योंकि अपना भैया भैया सैडा तो नहीं मारता कहता बई कहता सरदार तुम्हारी मशीन टुट सकती है मैं क्या मशीन अपनी नहीं बाहरलिया कंपनियां दी पर कोई चक्कर नहीं टेंशन नहीं फिर तू सीखनी किदा तो करके सैडा तो भाई आपां नूं मारनी पैंदी आ मशीन पर आ मशीन चलाउण दा भी भाई आ स्टीयरिंग दे नाल ना स्वाद ही आ बाबे सीधी गल आ जिहड़ी क्योंकि इहदी कटाई बड़ी घैंट आ सेंटर जे चो घुमदी आ अरे 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 डांस 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 बसंती डांस कर रही है कटर कुटर चकते बई मैनू लगता वो थोड़ी रू कि सोहने बई सस्पेंशन जो मारे हुए बल्ले लो भी मुड़े उत तक जाने तो फिर ट्राला भरते हैं आप न्यूजीलैंड की आप पावर बई उधर तविया पा के वैसे आ किले च भी हूँ आप काम शुरू कर देना यह किला बस आही रह गया अपना तो इस हल हूल मार के किला भी पदरा करते हैं आप हल ये किले च ही मारा न्यूजीलैंड पर सब तो पहला आप फिर ट्राला भर लिए बई तो बाकी मुंडा लाइक जरूर कर दो जिन्हें भी जाने देखी जाते हैं तो बस आप थोड़े जे आही है बस अपना आ चेक करो तुसी बल्ले यूर घेंट गल बात आ फिर ट्राला देखो भाई जमा ही नहीं भरया यार एडा वड्डा भाई ने ट्राला सारे लांबे लाते भाई एडे ट्राले ना तो पिछे जे पा लिए क्योंकि थोड़ा जहा लगे कि आहो भाई ट्राले में है कोई जगाड़ आलू भी आलू किते पे आ मुंडे ओए होए होए किन्ने सोहने लगते आलू लो बई की कहते होंगे आ मशीन आप लाने इतने तो आप ही बई हूँ ही लै जाने के जिन्हें मशीन से परले किले से ही ला दें वैसे क्योंकि मेरे लगता इधर भी आलू आ इधर पा देने चाले बई आ भी आलू ही लगते हो लो बई थैंक यू मशीन बहुत वधिया सी बई आ मशीन पता नहीं ग्रीमी वाले की कंपनी की आउडी वाले कढ़ ला तू आ थोड़ी नू तो आ खड़ा बई अपना झोटा धाकड़ खेतों में देखो खड़ा है कि सोहना लगता
ਧਾਕੜ ਦੀ ਪਾਵਰ ਪਤਾ ਲੱਗੂਗੀ ਹੁਣ ਬਾਈ ਲੋਅ ਚ ਚਲਾਉਂਦੇ ਆ ਪਹਿਲੇ ਲੋਅ ਚ ਧਾਕੜੀ ਆ ਨਾ ਪਹਿਲਾ ਲੋਅ ਆ ਹਜੇ ਪਹਿਲੇ ਚੋਂ ਸਿੱਧਾ ਚੌਥਾ ਧਾਕੜੀ ਆ ਬਾਈ ਕਹਿੰਦੇ ਧਾਕੜ ਧਾਕੜੀ ਆ ਇਹ ਨੀ ਦੱਬਦਾ ਬਾਈ ਓਏ ਹਾਈ ਪਾ ਲਿਆ ਹੁਣ ਹਾਈ ਦੂਜਾ ਲੈ ਬਾਈ ਲਓ ਵੀ ਮੁੰਡਿਓ ਕੀ ਕਿਹਾ ਸੀ ਤੁਹਾਨੂੰ ਵੈਸੇ ਮੰਨਣ ਵਾਲੀ ਗੱਲ ਆ ਮੁੰਡਿਓ ਆਹ ਚੈੱਕ ਕਰੋ ਆਹ ਟਰੈਕਟਰ ਦਾ ਚੈੱਕ ਕਰਿਓ ਅੱਗੇ ਬਾਈ ਕਿਹੜੇ ਇਹ 'ਚ ਆਪਾਂ ਕਿਹੜੇ ਉਹ ਪਾਏ ਆ ਯਾਰ ਕਿਹੜੇ ਵੇਟ ਪਾਏ ਆ ਬਾਈ ਕਿੱਥੇ ਵੇਟ ਦਿਖਦਾ ਤੁਹਾਨੂੰ ਆਪਾਂ ਕਿ ਇਹਦੇ ਮੂਹਰੇ ਵੇਟ ਪਾਇਆ ਕੋਈ ਨਹੀਂ ਨਾ ਫਿਰ ਇਹਦੇ ਮੂਹਰੇ ਵੇਟ ਨਹੀਂ ਪਾਇਆ ਐਡਾ ਵੱਡਾ ਟਰਾਲਾ ਖਿੱਚ ਲੈਂਦਾ ਬਾਈ ਚੈੱਕ ਕਰੋ ਤੁਸੀਂ ਇਹਨੂੰ ਪਤਾ ਲੱਗਦਾ ਕਿ ਧਾਕੜ ਧਾਕੜ ਹੀ ਹੁੰਦਾ ਬਾਈ ਆਹ ਚੈੱਕ ਕਰੋ ਰਾਹ ਨਾਲ ਈਜ਼ੀ ਹਜੇ ਇਹਦੇ ਮੂਹਰੇ ਆਪਾਂ ਕੋਈ ਵੇਟ ਨਹੀਂ ਪਾਇਆ ਬਾਈ ਪਰ ਟਰੈਕਟਰ ਸਿਰਾ ਬਾਬੇ ਹੁਣ ਲੱਗ ਜੂ ਪਤਾ ਦੇਖਦੇ ਹਾਂ ਇੱਥੇ ਲੋਅ 'ਚ ਵੀ ਤੁਰਦਾ ਗਾ ਪੂਰਾ ਮੀਡੀਅਮ 'ਚ ਵੀ ਨਹੀਂ ਦੱਬਦਾ ਬਾਈ ਨਹੀਂ ਦੱਬਦਾ ਝੋਟਾ ਝੋਟਾ ਹੀ ਆ ਬਾਈ ਵੈਸੇ ਮੈਨੂੰ ਕਮੈਂਟ ਕਰਕੇ ਦੱਸਿਓ ਬਾਈ ਸਵਰਾਜ 855 ਦੇ ਮੂਹਰੇ ਧਾਕੜ ਲਿਖਾਈਏ ਕਿ ਨਹੀਂ ਹੈ ਨਾ ਜਿਹੜਾ ਧਾਲੀਵਾਲ ਨੂੰ ਭੇਜੋ ਉਹਦੇ ਮੂਹਰੇ ਧਾਕੜ ਲਿਖਾ ਕੇ ਉਹ ਥੋਡੀ ਨੂੰ ਆ ਕੀ ਹੋਇਆ ਪਿਆ ਉਹ ਟਰਾਲੀ ਨੂੰ ਕੀ ਹੋਇਆ ਪਿਆ ਬਾਈ ਇੱਥੇ ਅਰੇ ਮਾਦਰ ਹੈ 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 ਕੁਛ ਨਹੀਂ ਕਿਸੇ ਨੇ ਕੁਛ ਨਹੀਂ ਦੇਖਿਆ ਕਿਸੇ ਨੇ ਕੁਛ ਨਹੀਂ ਦੇਖਿਆ ਬਾਈ ਕਿਸੇ ਨੇ ਕੁਛ ਨਹੀਂ ਦੇਖਿਆ ਸਾਡੀ ਪਾਰਕਿੰਗ ਕੀਤੀ ਆ ਬਾਈ ਦੱਸਿਓ ਨਾ ਕਿਸੇ ਨੂੰ ਕਲੋਲਾਂ ਹੋਈਆਂ ਪਈਆਂ ਬਾਈ ਲਓ ਬਾਈ ਮੈਂ ਟਰਾਲਾ ਲਾਉਂਦਾ ਬੈਕ ਹੁਣ ਉੱਥੇ ਅਤੇ ਉੱਧਰੋਂ ਚੱਕਦੇ ਹਾਂ ਆਪਾਂ ਆਪਣੇ ਕੀ ਕਹਿੰਦੇ ਹੁੰਦੇ ਆ ਹਲ ਚੱਕਦੇ ਹਾਂ ਅਤੇ ਆ ਨਿਊ ਹੋਲੈਂਡ ਨਾਲ ਮਾਰਦੇ ਹਾਂ ਬਾਈ ਹਲ ਆਪਣੇ ਆਹ ਕਿੱਲੇ ਵਿੱਚ ਅਤੇ ਕਮੈਂਟ ਕਰਕੇ ਦੱਸਿਓ ਕਿੱਲਿਆਂ ਵਿੱਚ ਕੀ ਬੀਜੀ ਕਿਉਂਕਿ ਆਪਣਾ ਉਹ ਵੀ ਕਿੱਲਾ ਹੁਣ ਖਾਲੀ ਹੋ ਗਿਆ ਅਤੇ ਆਹ ਵੀ ਕਿੱਲਾ ਖਾਲੀ ਹੋ ਗਿਆ ਬਾਈ ਸੋ ਮੁੰਡਾ ਕਮੈਂਟ ਕਰਕੇ ਦੱਸਿਓ ਕਿਹਦੀ ਖੇਤੀ ਕੀਤੀ ਜਾਵੇ ਕੀ ਕੀਤਾ ਜਾਵੇ ਕੀ ਨਹੀਂ ਪਰ ਮੈਂ ਟਰਾਲਾ ਉੱਥੇ ਬੈਕ ਲਾ ਦਾਂ ਕਿਉਂਕਿ ਬਾਅਦ 'ਚੋਂ ਛੱਡਣ ਜਾਵਾਂਗੇ ਆਪਾਂ ਅੱਜ ਫਿਲਹਾਲ ਆਪਾਂ ਪਹਿਲਾਂ ਧਾਕੜ ਦਾ ਬਾਈ ਉਹ ਦੇਖ ਲਈਏ ਪਾਵਰ ਦੇਖ ਲਈਏ ਧਾਕੜ ਟਰੈਕਟਰ ਦੀ ਪਰ ਸੋਹਣਾ ਲੱਗਦਾ ਬਾਬੇ ਆਹ ਚੈੱਕ ਕਰੋ ਮੈਨੂੰ ਯਾਰ ਕਲਰ ਅਤੇ ਇਹਦਾ ਨਾ ਬਾਈ ਡਿਟੇਲਿੰਗ ਜੀ ਬਹੁਤ ਸੋਹਣੀ ਲੱਗੀ ਆ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ ਬਾਈ ਲਓ ਬਈ ਇਹਨੂੰ ਲਾ ਦਿੰਦੇ ਆਪਾਂ ਇੱਥੇ ਅਤੇ ਹੁਣ ਪਾਉਂਦੇ ਆਪਾਂ ਟਰੈਕਟਰ ਪਿੱਛੇ ਤਵੀਆਂ ਅਤੇ ਉਰਲੇ ਕਿੱਲੇ 'ਚ ਜਾਂਦੇ ਹਾਂ ਬਾਈ ਅਰੇ ਯਾਰ ਇੱਧਰ ਹੀ ਸੀ ਨਿਊ ਹੋਲੈਂਡ 3630 ਬਾਈ ਓਏ ਹੋ ਟਰਬੋ ਲੱਗੀ ਆ ਮੈਨੂੰ ਲੱਗਦਾ ਬਾਈ ਇਹ ਟਰੈਕਟਰ 'ਚ ਤਾਂ ਫਿਸ ਦੀ ਆਵਾਜ਼ ਆਉਂਦੀ ਆ ਬਾਈ ਲਓ ਬਈ ਬਣ ਗਈ ਗੱਲ ਬਾਈ ਅਤੇ ਹੁਣ ਜਾਂਦੇ ਹਾਂ ਆਪਾਂ ਸਾਹਮਣੇ ਕਿੱਲੇ ਵਿੱਚ ਤਵੀਆਂ ਮਾਰਨ ਬਾਈ ਅਤੇ ਨਾਲੇ ਪਤਾ ਲੱਗ ਜੂ ਇਹ ਤਵੀਆਂ ਖਿੱਚਦਾ ਵੀ ਆ ਕਿ ਨਹੀਂ ਅਤੇ ਉੱਦਾਂ ਹੀ ਧਾਕੜ ਲਿਖਿਆ ਸੋ ਕਰਦੇ ਹਾਂ ਬਾਈ ਇੱਥੇ ਲੈ ਕੇ ਰੱਬ ਦਾ ਨਾ ਇੱਧਰ ਦੀ ਸਟਾਰਟ ਕਰ ਲੈਂਦੇ ਹਾਂ ਪਰ ਆਹ ਯਾਰ ਪਤਾ ਨਹੀਂ ਕਿਹਨੇ ਘਾਹ ਰੱਖਿਆ ਪਿਆ ਇੱਥੇ ਬਾਈ ਸਮਝ ਨਹੀਂ ਲੱਗਦੀ ਵੈਸੇ ਸਪੀਕਰ ਇਹਦੇ ਪਿੱਛੇ ਲੱਗਿਆ ਦਿਖਦਾ ਨਹੀਂ ਸਾਨੂੰ ਕੁਛ ਇੱਦਾਂ ਹੀ ਸੈਟ ਲੈਂਦੇ ਆਪਾਂ ਚੱਲ ਬਾਈ ਲਓ ਵੀ ਮੁੜਿਓ ਚੱਲ 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 ਬੱਲੇ ਈਜ਼ੀ ਬਾਈ ਵੈਰੀ ਈਜ਼ੀ ਯਾਰ ਚੈੱਕ ਕਰੋ ਮੰਨਦੇ ਆ ਮੁੰਡੇ ਬਣਦੀ ਆ ਨਾ ਗੱਲ ਪੂਰੀ ਇਹਦਾ ਰਾਹ ਨਾਲ ਹੀ ਖਿੱਚੀ ਜਾਂਦਾ ਯਾਰ ਤਾਂ ਵੀ ਉਹਦਾ ਕਹਿੰਦੇ ਆ ਬਾਈ ਇਹਨੂੰ ਝੋਟਾ ਉਹ ਤਵੀਆਂ ਕਿੱਧਰ ਪਾਤੀਆਂ ਥੋਡੀ ਰੂ ਹੈਗੀ ਗੱਲਬਾਤ ਬਾਬੇ ਵੈਰੀ ਗੁੱਡ ਯਾਰ ਸਿਰਾ ਟਰੈਕਟਰ ਮੁੰਡੇ ਸਿਰਾ ਟਰੈਕਟਰ ਇਹਨੂੰ ਚਲਾਉਣ ਦਾ ਵੀ ਓਨਾ ਹੀ ਸਵਾਦ ਆਉਂਦਾ ਬਾਈ ਜਿੱਦਾਂ ਤੁਸੀਂ ਦੇਖ ਸਕਦੇ ਆ ਪਰ ਜੇ ਤੁਹਾਡੇ ਕੋਲ ਹੈਗਾ ਬਾਈ ਨਿਊ ਹੋਲੈਂਡ ਅਤੇ ਉਹਦੇ ਮੂਹਰੇ ਧਾਕੜ ਲਿਖਾਇਆ ਤੁਸੀਂ ਵੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਬਾਕੀ ਰਹੀ ਗੱਲ ਹੁਣ ਮੈਂ ਮਾਰਦਾ ਇੱਥੇ ਤਵੀਆਂ ਅਤੇ ਇੱਧਰ ਮੋੜ ਕੇ ਖੜਾ ਦਿੰਦੇ ਆ ਪਰ ਟਰੈਕਟਰ ਦੀ ਲੁੱਕ ਬਾਈ ਟਰੈਕਟਰ ਦੀ ਲੁੱਕ ਤੁਹਾਨੂੰ ਮੇਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਈ ਕਿੱਦਾਂ ਦਾ ਲੱਗਿਆ ਯਾਰ ਟਰੈਕਟਰ ਸਹੀ ਆ ਅਤੇ ਹੁਣ ਮੈਂ ਬਾਈ ਕਰਦਾ ਕੰਮ ਆ ਕਿੱਲੇ ਵਿੱਚ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਕੀ ਮਤਲਬ ਕੀ ਬੀਜਣਾ ਆਪਾਂ ਇੱਥੇ ਕੀ ਨਹੀਂ ਅਤੇ ਬਾਕੀ ਟਰੈਕਟਰ ਵੀ ਦੱਸਿਓ ਕਿੱਦਾਂ ਲੱਗਿਆ ਅਤੇ ਮਿਲਦੇ ਹਾਂ ਤੁਹਾਨੂੰ ਫਿਰ ਆਪਾਂ ਅਗਲੇ ਐਪੀਸੋਡ ਵਿੱਚ ਗਾਈਸ ਓਨਾ ਟਾਈਮ ਆਪਣੇ ਝੋਟੇ ਲਈ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਓ ਚੋਬਰ ਓਕੇ ਅਤੇ ਮਿਲਦੇ ਹਾਂ ਤੁਹਾਨੂੰ ਬਾਈ ਅਗਲੇ ਐਪੀਸੋਡ ਵਿੱਚ ਰੱਬ ਰਾਖਾ ਯਾਰੋ।